ਉਹ ਜਿਹੜਾ ਜਾਂਦਾ ਨਾ ਟੈਂਪੂ ਵਾਲਾ ਇਹ ਬਹੁਤ ਗਲਤ ਗੱਲ ਹੈ ਹੋ ਸਕਦਾ ਉਹਨੂੰ ਨਾ ਪਤਾ ਲੱਗਿਆ ਹੋਵੇ ਤੇ ਉਹਦੇ ਮਗਰ ਰੱਸਾ ਲੰਮਕ ਜਾਂਦਾ ਆ ਮਾਰੀ ਇੱਥੇ ਵੇਪਰ ਮਾਰੀ ਵੇਪਰ ਉਹਨੂੰ ਹਾਰਨ ਵੀ ਬਹੁਤ ਭਰਦੇ ਤੇ ਇੱਕ ਤਾਂ ਪਹਾੜੀ ਏਰੀਆ ਹਾਂ ਪਹਾੜੀ ਏਰੀਆ ਦੇ ਵਿੱਚ ਆਪਾਂ ਉਹਨੂੰ ਕ੍ਰੋਸ ਵੀ ਨਹੀਂ ਕਰ ਸਕਦੇ ਨਾ ਇੱਥੇ ਓਵਰਟੇਕ ਕਰਨਾ ਗਲਤ ਗੱਲ ਹੈ ਤੇ ਆਹ ਦੇਖੋ ਅੱਗੇ ਮੋੜ ਆ ਮੋੜ ਤੋਂ ਨਾ ਸ਼ਾਰ ਆ ਰੱਸਾ ਹੈ ਨਾ ਇਹ ਬਾਈ ਜੀ ਜਦੋਂ ਇਹ ਨੁਕਸਾਨ ਕਰ ਮੋੜ ਤੇ ਕਿਸੇ ਮੋਟਰਸਾਈਕਲ ਚੜ ਗਿਆ ਹਾਂ ਜਾਂ ਫਸ ਗਿਆ ਕਿਸੇ ਹੈ ਨਾ ਉਹ ਚ ਤੁਸੀਂ ਦੱਸੋ ਜਲਦੀ ਹਾਂ ਉਹਨੂੰ ਜਲਦੀ ਦੱਸੋ ਕਿਵੇਂ ਗੱਲ ਸੀਗਾ ਇੱਕ ਤਾਂ ਪਹਾੜੀ ਏਰੀਆ ਆਪਾਂ ਦੱਸ ਨਹੀਂ ਸਕਦੇ ਤਾਂ ਗੱਲ ਨਾ ਬਾਈ ਜੀ ਯਾਰ ਛੱਡੋ ਤੁਸੀਂ ਗੱਲ ਕਿਉਂ ਪੂਗਾ ਹੁਣ ਮੋੜ ਤੇ ਕਿਵੇਂ ਜਿਵੇਂ ਓਵਰਟੇਕ ਕਰੇਗਾ ਤਾਂ ਹੀ ਨਾ ਲੱਗਦਾ ਅੱਗੋਂ ਪੈਣਾ ਉਹ ਹੈ ਬਈ ਕੀ ਬਤਾ ਅੱਗੇ ਉਹ ਵੀ ਹੈ ਹਾਈਟ ਵੀ ਹੈ ਉਹ ਦੇਖ ਤਾਂ ਇਹ ਕਿੰਨੇ ਡੂੰਘੀ ਖਾਈਆਂ ਨੇ ਇੱਧਰ ਫੇਰ ਮੋੜ ਆ ਜੇ ਤੂੰ ਹਾਰ ਨਿਕਲ ਹਾਰ ਮਾਰੀ ਅਰੇ ਲਾਈਟਾਂ ਹੀ ਮਾਰਦੇ ਨਾ ਦਾ ਅਰਸਾ ਇੱਕ ਮਿੰਟ ਮਾਰ ਲਾਈਟਾਂ ਮਾਰ ਕੇ ਰੋਕ ਲਾ ਰੋਕ ਲੋ ਮੈਂ ਕਿਵੇਂ ਐਡੀ ਦੂਰ ਕਿਵੇਂ ਸੁਣਾਂ ਉਹਨੂੰ ਉਹਨੂੰ ਸ਼ਾਰਾ ਰੋਕ ਲਾ ਦੇ ਕਿਲੇ ਉਹਨੂੰ ਕਹਿੰਦਾ ਰੋਕ ਲਾ ਕਹੀ ਜਾਂਦਾ ਆਈ ਮੈਂ ਇਸ਼ਾਰਾ ਵੀ ਕਰਿਆ ਲਾਈਟਾਂ ਮਾਰ ਨੂੰ ਲਾਈਟਾਂ ਮਾਰ ਦੁਆਰੇ ਆ ਦੇਖੋ ਜੀ ਰਸਤਾ ਹੈ ਨਾ ਵੀ ਡਰਾਈਵਰਾਂ ਨੂੰ ਇਹ ਹੈ ਵੀ ਨਾ ਪਲੀਜ਼ ਕੇਅਰਫੁਲੀ ਮੋੜ ਆ ਗਿਆ ਫਿਰ ਮੋੜ ਆ ਗਿਆ ਡਰਾਈਵਰਾਂ ਨੂੰ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਵੀ ਆਹ ਦੇਖੋ ਆਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਹਨਾ ਵੀ ਗੱਡੀ ਚੱਲਣ ਵੇਲੇ ਰੁਕ ਲੈ ਰੁਕ ਲੈ ਰੁਕ ਲੈ ਰੁਕ ਲੈ ਰੁਕ 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 ਹੁਣ ਮੋੜ ਤੇ ਨਾ ਓਕੇ ਭਾਈ ਸਾਹਿਬ ਪਿੱਛੇ ਰੱਸਾ ਲੰਮ ਕਰਾ ਆਪਕਾ ਪਿੱਛੇ ਰੱਸਾ ਲੰਮ ਕਰਾਏ ਰੱਸਾ ਹਾਂ ਰੱਸੀ ਕਾਫੀ ਟਾਈਮ ਸੇ ਹਮ ਆਪਕੋ ਹਾਰਨ ਮਾਰ ਰਹੇ ਹੈ ਪਲੀਜ਼ ਆਗੇ ਸੇ ਖਿਆਲ ਰੱਖੋ ਹਨਾ ਕਿਉਂਕਿ ਟਰਨ ਪੇ ਅਗਰ ਕਿਸੀ ਕੇ ਫਸ ਗਿਆ ਤਾਂ ਮੁਸ਼ਕਲ ਹੋਏਗਾ ਪਲੀਜ਼ ਸਾਈਡ ਪੇ ਲਗਾ ਕੇ ਕਰ ਲਓ ਹੈ लो जी हथ बन के बेनती है ड्राइवर खास करके भी प्लीज जो तीन ड्राइविंग करते हो तुरंत तो पहला साढ़े फौज के परेडा होंगे ने फस्ट परेड हाँ फस्ट परेड के चलो तेल पानी चेक करते होंगे है ना तो एक आती हाल्ट परेड के भी फस्ट परेड के होंगे गड्डी के आले दुआले गेड़ा लाओ तुम घर भी जो गड्डी तोर दिनो वो आले दुआले का गेड़ा कड़ो भी हो सकता घरे रखा कुत्ते बैठा हो अपनी गड्डी पंचर सोने ਜਿਵੇਂ ਸਾਡੀ ਗੱਡੀ ਸਵੇਰੇ ਫੌਜੀ ਨੇ ਨਿਗਾਹ ਮਾਰੀ ਸੋਨੀ ਨੇ ਵੀ ਪੈਂਚਰ ਹੈ ਇਹ ਹੁੰਦੀ ਹੈ ਫਸਟ ਪਰੇਡ ਫਸਟ ਪਰੇਡ ਦੇ ਵਿੱਚ ਤੁਸੀਂ ਤੇਲ ਪਾਣੀ ਆਇਲ ਪਾਣੀ ਰੇਡੀਏਟਰ 'ਚ ਪਾਣੀ ਚੈੱਕ ਕਰਨਾ ਅਤੇ ਤੁਸੀਂ ਕਹੋਗੇ ਫੌਜੀ ਵਾਂਗੂ ਕਲਾਸ ਲੈਣ ਲੱਗ ਗਿਆ ਅਤੇ ਹਾਲਟ ਪਰੇਡ ਦੇ ਵਿੱਚ ਫਿਰ ਦੇਖਣਾ ਇੱਕ ਵਾਰ ਵੀ ਮੇਰੀ ਗੱਡੀ ਚੱਲ ਕੇ ਆਈ ਹੈ ਜੀ 20-25-30-40-50-100 ਕਿਲੋਮੀਟਰ ਉਹਨੂੰ ਕਹਿੰਦੇ ਹਾਲਟ ਪਰੇਡ ਉਹਦੇ ਵਿੱਚ ਤੁਸੀਂ ਦੇਖਣਾ ਹੈ ਵੀ ਗੱਡੀ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੈ ਨਾ ਉਹਦਾ ਆਇਲ ਤਾਂ ਨਹੀਂ ਘਟਿਆ ਜਾਂ ਕੁਛ ਵੀ ਜਾਂ ਫੈਨ ਬੈਲਟ ਜਾਂ ਜੋ ਵੀ ਉਹਦੇ ਵਿੱਚ ਜੋ ਵੀ ਟੈਕਨੀਕਲ ਫਾਲਟ ਤਾਂ ਨਹੀਂ ਆਇਆ ਫਿਰ ਹੁੰਦੀ ਆ ਉਹਦੀ ਲਾਸਟ ਪਰੇਡ ਹੈ ਨਾ ਉਦੋਂ ਵੀ ਦੇਖੋ ਕਿਉਂ ਕੱਲ੍ਹ ਨੂੰ ਫਿਰ ਲੈ ਕੇ ਜਾਣੀ ਤੁਸੀਂ ਗੱਡੀ ਅਸੀਂ ਸੋ ਜਦੋਂ ਨਰਮਾ ਵੇਚਣ ਜਾਂਦੇ ਸੀ ਨਾ ਮੈਂ ਘੱਟੋ ਘੱਟ 5-5 ਕਿਲੋਮੀਟਰ ਉੱਤਰ ਕੇ ਦੇਖਦਾ ਹੁੰਦਾ ਸੀਗਾ ਵੀ ਪਿੱਛੋਂ ਡਾਲਾ ਸਹੀ ਹੈ ਖੁੱਲ੍ਹ ਤਾਂ ਨਹੀਂ ਗਿਆ ਜਾਂ ਕਣਕ ਲੈ ਕੇ ਆਉਂਦੇ ਹੁਣ ਜਿਵੇਂ ਜਾਨਵਰ ਨੇ ਆਹ ਜਾਨਵਰਾਂ ਦੇ ਕਿਸੇ ਵਿਚਾਰੇ ਦੀ ਲੱਤ ਲੁੱਤ 'ਚ ਉਹ ਰੱਸਾ ਫਸ ਜਾਂਦਾ ਨਾ ਨੁਕਸਾਨ ਕਰ ਹੁੰਦਾ ਸੋ ਪੰਜਾਬੀ ਉਹ ਕਿ ਸਾਰੀ ਹਿੰਦੁਸਤਾਨੀ ਨੂੰ ਕਹਿੰਦੇ ਆਪਾਂ ਹੈ ਨਾ ਵੀ ਖਿਆਲ ਰੱਖਿਆ ਕਰੋ ਏਦਾਂ ਦੇ ਜਾਨਵਰ ਬੇਕਸੂਰ ਹੈ ਨਾ ਕਿਤੇ ਵਿਚਾਰੇ ਚਰਦੇ ਚੁਰਦੇ ਕਿਤੇ ਤੁਹਾਡੇ ਮੋੜ ਤੋਂ ਮੁੜਨ ਤੁਹਾਡੀ ਰੱਸੀ ਫਸ ਜਾਵੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅੱਗੇ ਤੋਂ ਜਿਹੜੇ ਡਰਾਈਵਰ ਨੇ ਉਹ ਥੋੜੇ ਜਿਹੇ ਸੁਚੇਤ ਰਹਿਣ ਸਤਰਕ ਰਹਿਣ ਤੇ ਖਿਆਲ ਰੱਖਣ ਆਪਣੀ ਗੱਡੀ ਚਲਾਉਣ ਲੱਗੇ।